ਆ ਦੇਖੋ ਪਿਸਟਲ ਮੂਵੀ ਔਰ ਦੂਆ ਛੱਡ ਦੂਆ ਹੀ ਚੱਲਣ ਦੇ ਕੋਈ ਨੀ ਕੋਈ ਨੀ ਸਾਨੂੰ ਜੀ ਪਿਸਟਲ ਦਿਖਾ ਕੇ ਉਹ ਧਮਕੀਆਂ ਦਿੰਦੇ ਆ। ਬੀਤੇ ਕੁਝ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਸ ਦਾ ਸੱਚ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਸਾਹਮਣੇ ਆਇਆ। ਵੀਡੀਓ ਵਿੱਚ ਦਿਖਾਇਆ ਗਿਆ ਕਿ ਪਿੰਡ ਸਹਾਣਾ ਰੂਪਨਗਰ ਦੇ ਸਰਪੰਚ ਵੱਲੋਂ ਕੁਝ ਅਣਪਛਾਤੇ ਵਿਅਕਤੀਆਂ ਤੇ ਰਿਵਾਲਵਰ ਦਿਖਾਉਣ ਅਤੇ ਧਮਕੀ ਦੇਣ ਦੀ ਗੱਲ ਕਹੀ ਗਈ ਸੀ। ਮਾਮਲਾ 5 ਖੈਰ ਦੇ ਦਰਖਤ ਚੋਰੀ ਕਰਨ ਦਾ ਹੈ, ਪਰ ਜਦੋਂ ਚੋਰ ਗਿਰੋਹਾਂ ਨੂੰ ਜੰਗਲਾਤ ਵਿਭਾਗ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜੰਗਲਾਤ ਵਿਭਾਗ ਦੇ ਗੁਰਜੋਤ ਸਿੰਘ, ਗਾਰਡ ਭੁਪਿੰਦਰ ਸਿੰਘ, ਬਲਾਕ ਅਫਸਰ ਬਲਵਿੰਦਰ ਸਿੰਘ ਮੌਕੇ ਤੇ ਪਹੁੰਚ ਗਏ ਅਤੇ ਖੈਰ ਤੇ ਚੋਰੀ ਦੇ ਦਰਖਤ ਪਿੰਡ ਦੇ ਸਰਪੰਚ ਦੇ ਹਵਾਲੇ ਕੀਤੇ ਗਏ। ਜਿਹੜੀ ਵੀਡੀਓ ਸੀ ਵੀ ਸਰਪੰਚ ਲੈ ਕੇ ਚੱਲਿਆ ਲੱਕੜ ਕੱਟ ਕੇ ਜਾਂ ਫੋਰੈਸਟ ਵਾਲੇ ਸੀ, ਇਸ 'ਚ ਕੋਈ ਸੱਚਾਈ ਨਹੀਂ ਸੀ, ਬਿਲਕੁਲ ਝੂਠ ਸਾਸ ਸੀ ਇਹ। ਉਹ ਪਹਿਲਾਂ ਵੀ ਲੋਕ ਜਿਹੜੇ ਹੈਗੇ ਨਾ ਲੱਕੜ ਕੱਟਣ ਦੇ ਆਦੀ ਆ, ਉਹਨਾਂ ਦਾ ਕੰਮ ਹੀ ਇਹੀ ਆ। ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਵੀ ਅਸੀਂ ਜਿਹੜਾ ਸਾਡਾ ਪੰਚਾਇਤੀ ਰਕਬਾ ਹੈ ਜੀ, ਇਹਨਾਂ ਨੂੰ ਅਸੀਂ ਆਉਣ ਵਾਲੇ ਸਮੇਂ 'ਚ ਵੀ ਇਹਨੂੰ ਵਧੀਆ ਤਰੀਕੇ ਨਾਲ ਦੇਖਾਂਗੇ ਅਤੇ ਫੋਰੈਸਟ ਡਿਪਾਰਟਮੈਂਟ ਵੀ ਸਾਡੇ ਨਾਲ ਮਦਦ ਕਰ ਰਿਹਾ ਵੀ ਕੋਈ ਇੱਦਾਂ ਦਾ ਚੋਰੀ ਲੱਕੜ ਹੋਰ ਨਾ ਹੋਵੇ। ਰੋਪੜ ਤੋਂ ਗੁਰਮੀਤ ਸਿੰਘ, ਜੀਵੇ ਪੰਜਾਬ ਟੀਵੀ।